ਬਵੰਡਰ ਹੈ ਜੀ, ਬਹੁਤ ਤਕੜਾ ਪਿੰਡ ਬਕੈਣ ਵਾਲਾ, ਜ਼ਿਲ੍ਹਾ ਫਾਜ਼ਿਲਕਾ। ਦਰਖਤ ਪੱਟੀ ਆਉਂਦਾ, ਲੋਕਾਂ ਦਾ ਸਮਾਨ ਨਾਲ ਡਾਈ ਜਾਂਦਾ, ਕਿੰਨਾ ਸਮਾਨ ਵਿੱਚ ਉੱਡਿਆ ਫਿਰਦਾ ਜੀ। ਘਰ ਤੋਂ ਬਿਲਕੁਲ ਨੇੜੇ ਲੰਘ ਗਿਆ, ਬਿਲਕੁਲ ਕੋਲੋਂ ਦੀ ਲੰਘ ਗਿਆ ਜੀ। ਆਵਾਜ਼ ਬਹੁਤ ਤਕੜੀ ਸੀ, ਡਰ ਕਾਫੀ ਲੱਗਿਆ, ਪੂਰਾ ਭੈਭੀਤ ਹੋ ਗਏ ਸੀ। ਬੱਚੇ ਤਾਂ ਰੋਣ ਲੱਗ ਗਏ ਸੀਗੇ, ਘਰ ਦੇ ਵੀ ਸਾਡੇ, ਮੇਰੀ ਮਿਸਿਜ ਰੋਣ ਲੱਗ ਗਈ। ਮੈਂ ਉਹਨਾਂ ਨੂੰ ਚੁੱਪ ਕਰਾਉਂਦਾ ਸੀ ਵੀ ਚੁੱਪ ਕਰੋ, ਕੋਈ ਗੱਲ ਨਹੀਂ, ਮਾਲਕ ਦਾ ਵਾਹਿਗੁਰੂ ਦਾ ਨਾਮ ਜਪੋ। ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ। ਕਿੰਨੇ ਲੋਕ ਥੱਲੇ ਆਏ ਨੇ ਜੀ ਇਸ ਸਾਰੇ? ਹੈਗੇ ਜੀ 10-12 ਹੈਗੇ ਨੇ ਜੀ। ਤੇ ਚਲੋ ਅੱਡੋ ਅੱਡੀ ਕਰਦੇ ਨੇ? ਹਾਂ, ਅਲੱਗ ਅਲੱਗ ਕਰਦੇ ਨੇ, ਜਿਵੇਂ ਆਹ ਘਰ ਹੋ ਗਿਆ ਜੀ, ਚਾਰ ਪੰਜ ਫੈਮਲੀਆਂ ਨੇ ਜਿਹੜੇ ਵਿੱਚ ਆਏ ਨੇ। ਬਾਗ ਵੀ ਜਿਹੜਾ ਪੂਰਾ ਪੱਟਿਆ ਗਿਆ, ਜਿਹੜਾ ਬਾਗ ਦਾ ਇੱਕ ਵੀ ਬੂਟਾ ਨਹੀਂ ਬਚਿਆ ਜੀ, ਇੱਕ ਵੀ ਬੂਟਾ। ਜਿਵੇਂ ਟੋਚਨ ਪਾ ਕੇ ਖਿੱਚੇ ਜਾਂਦੇ ਨੇ, ਇਸ ਤਰ੍ਹਾਂ ਟੋਚਨ ਪਾ ਕੇ ਵੀ ਇਸ ਤਰ੍ਹਾਂ ਹਾਲਾਤ। ਹਾਂ, ਦੋ ਦਰਖਤ ਸਾਡੇ ਅੰਦਰ ਘਰ ਦੇ ਆਏ ਨੇ ਜੀ, ਉਹਦਾ ਕਰਕੇ ਜੋ ਬਾਗ ਆ ਸਾਡੇ ਨੇੜੇ ਹੀ ਪੈਂਦਾ। ਤੇ ਪੂਰਾ ਬਾਬ ਰੋਲਾ ਐ ਸਮਾਨ ਚ ਸਾਨੂੰ ਦਿਖਾਈ ਦਿੰਦੇ ਸੀ ਵੀ ਚੀਜ਼ਾਂ ਕੋਈ ਉੱਡ ਰਹੀਆਂ, ਮੰਜੇ ਦਰਖਤ ਐ ਉੱਡਦੇ ਨਜ਼ਰ ਵੇਖੇ ਜੀ। ਨਹੀਂ ਕਦੇ ਪਹਿਲਾਂ ਦੇਖਿਆ ਸੀਗਾ ਜੀ? ਨਹੀਂ, ਪਹਿਲਾਂ ਸੁਣਿਆ ਜੀ ਵੀ ਜਿਵੇਂ ਜੰਡਾਲਾ ਮੀਰਾ ਸਾਂਗਲਾ 4 ਸਾਲ ਪਹਿਲਾਂ ਲੰਘਿਆ, 2003 ਚ ਵੀ ਆਇਆ ਜੰਡਾਲਾ ਮੀਰਾ ਸਾਂਗਲਾ, ਸੁਣਿਆ ਸੀਗਾ ਉੱਥੇ ਵੀ ਇਹੀ ਹਾਲਾਤ ਬਣੇ ਸੀਗੇ। ਤੇ ਬਹੁਤ ਉਹਦੀ ਰੇਂਜ ਦਾ ਕੋਈ ਅੰਦਾਜ਼ਾ ਨਹੀਂ ਸੀਗਾ ਵੀ ਕਿੰਨੀ ਉਹਦੀ ਰਫਤਾਰ ਸੀ। ਕਿੰਨੇ ਘਰਾਂ ਦੀ ਛੱਤਾਂ ਜਿਹੜੀਆਂ ਉੱਡੀਆਂ ਨੇ ਜੀ? ਇਹ 10-12 ਮਕਾਨ ਨੇ, 10 ਮਕਾਨ ਹੈਗੇ ਨੇ, 10-12 ਮਕਾਨ। ਖੇਤ ਤੇ ਜਿਹੜਾ ਦਰਖਤਾਂ ਦਾ ਨੁਕਸਾਨ ਜੀ, ਆ ਰੋਡ ਤੇ ਦਖਲ ਹੈਗਾ, ਬਾਕੀ ਦਰਖਤਾਂ ਦਾ ਵੀ ਹੈ, ਦਰਖਤਾਂ ਦਾ ਹੈਗਾ ਹੀ ਆ। 4-5 ਸਾਲ ਪਹਿਲਾਂ ਸਾਡੇ ਪਿੰਡ ਨਾਲ ਹੀ ਜੰਡ ਵਾਲਾ ਮੇਰਾ ਸਾਹਿਬ, ਉੱਥੇ ਆਏ ਸੀ, ਇਹੀ ਸੇਮ ਚੀਜ਼ ਇਹੀ ਸੀਗੀ। ਉੱਥੇ ਵੀ ਗਾਟਰ ਪਾੜ ਤੇ ਛੱਤਾਂ ਉਡਾਤੀਆਂ ਸੀ, ਜਿੰਨੀ ਜਗ੍ਹਾ ਤੋਂ ਲੰਘਿਆ ਸੀ ਜਿਹੜਾ ਕੁਛ ਅੱਗੇ ਉਹਦੇ ਆਇਆ ਸਾਫ ਕਰਤਾ। ਸੇਮ ਚੀਜ਼ ਅਸੀਂ ਅੱਜ ਦੇਖਣ ਆਏ ਹਾਂ, ਕੋਈ ਚੀਜ਼ ਇੱਥੇ ਹੈਗੀ ਹੈ? ਇੱਥੇ ਬਹੁਤ ਨੁਕਸਾਨ ਹੋਇਆ, ਬਹੁਤ ਹੀ ਜ਼ਿਆਦਾ। ਬਾਕੀ ਇਗਜ਼ਾਮਪਲ ਹੈਗੀ ਜੀ, ਉਹ ਛੱਤ ਤੇ ਬੂਟਾ ਵੇਖੋ ਜੀ, ਕਿੰਨੂੰ ਦਾ ਅਜੇ ਵੀ ਪਿਆ, ਉਹ ਵੇਖੋ ਜੀ ਉੱਪਰ ਟੱਟ ਗਏ ਤੇ ਆ ਗਏ, ਮਤਲਬ ਕਿੰਨੂੰ ਦਾ। ਦੇਖੋ ਬਾਈ, ਓਏ ਨਾ ਓਏ, ਦੇਖ ਗੱਗੀ ਗੱਡੀ ਲਵੇ, ਦੇ ਗੱਡੀ 'ਚ ਟੈਂਟ ਪਾਤਾ ਬਈ, ਇੰਨੇ ਗੜੇ ਨੇ ਦੇਖ ਲਾ। ਦੇਖੋ ਬਾਈ, ਭਾਫਾਂ ਨਿਕਲਦੀਆਂ, ਖੜੇ ਕੰਬਣ ਲਾ ਦੇ ਮੇਰੇ ਸਾਹਮਣੇ, ਇੱਥੇ ਵੀ ਖੜੇ ਕੰਬੀ ਜਾਂਦੇ ਹਨਾ।